जो अ प्रार्थना करते हाँ
ਤੇ ਫਿਰ ਅਸੀਂ ਆਪਣੇ ਪ੍ਰਭੂ ਨਾਲ ਕੀ ਕਰਦੇ ਹਾਂ ਗੱਲਾਂ ਕਰਦੇ ਹਾਂ ਔਰ ਜਦੋਂ ਉਧਰ ਉਧਰ ਹੀ ਗੱਲਾਂ ਹੋਣ ਪਰਮੇਸ਼ਵਰ ਸਾਡੇ ਨਾਲ ਗੱਲਾਂ ਕਰੇ ਅਸੀਂ ਉਹਦੇ ਨਾਲ ਕਰੀਏ ਤੇ ਫਿਰ ਮੈਂ ਸਮਝ ਸਕਦਾ ਕਿ ਜਿਹੜੀਆਂ ਬਰਕਤਾਂ ਰੁਕੀਆਂ ਹੋਈਆਂ ਨੇ ਉਹ ਵੀ ਤੁਹਾਨੂੰ ਮਿਲ ਜਾਣਗੀ ਪ੍ਰਭੂ ਦੀ ਸਾਰੀ ਬਰਕਤ ਹੋਵੇ ਆਓ ਅੱਜ ਅਸੀਂ ਸੰਦੇਸ਼ ਨੂੰ ਸ਼ੁਰੂ ਕਰਦੇ ਹਾਂ ਜਦ ਸੁਲੇਮਾਨ ਪ੍ਰਾਰਥਨਾ ਕਰ ਚੁੱਕਿਆ ਤਾਂ ਆਕਾਸ਼ ਉੱਤੋਂ ਅੱਗ ਉਤਰੀ ਅਤੇ ਹੂਮ ਦੀ ਭੇਟ ਤੇ ਬਲੀਆਂ ਨੂੰ ਪੱਖ ਲਿਆ ਅਤੇ ਉਹ ਪਵਨ ਯਹੋਵਾ ਦੇ ਪ੍ਰਤਾਪ ਨਾਲ ਭਰ ਗਿਆ ਤਾਂ ਜਾਜਕ ਯਹੋਵਾ ਦੇ ਪਵਨ ਦੇ ਅੰਦਰ ਨਾ ਜਾ ਸਕੇ ਕਿਉਂ ਜੋ ਯਹੋਵਾ ਦਾ ਪਵਨ ਯਹੋਵਾ ਦੇ ਪ੍ਰਤਾਪ ਨਾਲ ਭਰ ਗਿਆ ਸੀ ਇਹ ਪਹਿਲਾ ਸਮਾਂ ਹੈ ਜਦੋਂ ਧਰਤੀ ਦੇ ਉੱਤੇ ਉਹ ਮਤਲਬ ਹੈਕਲ ਜਿਸ ਨੂੰ ਸੁਲੇਮਾਨ ਨੇ ਬਣਾਇਆ ਉਸ ਦੇ ਅੰਦਰ ਖੁਦਾ ਆਪ ਉਤਰ ਕੇ ਆਇਆ ਔਰ ਕਿਹੜੀ ਸ਼ਕਲ ਵਿੱਚ ਸੀ ਅੱਗ ਦੀ ਸ਼ਕਲ ਵਿੱਚ ਧੂਵੇਂ ਦੀ ਸ਼ਕਲ ਵਿੱਚ ਖੁਦਾ ਆਪ ਉਤਰ ਕੇ ਉਸ ਹੈਕਲ ਦੇ ਵਿੱਚ ਆਇਆ ਕਿਉਂਕਿ ਇੱਕ ਲੰਬੀ ਪ੍ਰਾਰਥਨਾ ਸੁਲੇਮਾਨ ਕਰ ਚੁੱਕਿਆ ਸੀ ਔਰ ਇਹ ਪ੍ਰਾਰਥਨਾ ਜਿਹੜੀ ਸੀ ਇਹ 42 ਆਇਤਾਂ ਦੇ ਨਾਲ ਭਰੀ ਹੋਈ ਹੈ 1 ਤੋਂ ਲੈ ਕੇ 42 ਆਇਤਾਂ ਦੇ ਨਾਲ ਇਹ ਪ੍ਰਾਰਥਨਾ ਭਰੀ ਹੋਈ ਹੈ ਔਰ ਹੁਣ ਸਮਾਂ ਨਹੀਂ ਕਿ ਮੈਂ ਤੁਹਾਨੂੰ ਇਹਨਾਂ 42 ਆਇਤਾਂ ਦੇ ਵਿੱਚ ਲੈ ਕੇ ਜਾਵਾਂ ਕੀ ਸੁਲੇਮਾਨ ਨੇ ਆਪਣੇ ਲੋਕਾਂ ਲਈ ਇਸਰਾਇਲ ਲਈ ਮੰਗ ਕੀਤੀ ਹੈ ਆਪਣੇ ਘਰ ਵਿੱਚ ਜ਼ਰੂਰ ਪੜ੍ਹਿਓ ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇਗਾ ਪਰ ਮੈਂ ਇੰਨਾ ਜ਼ਰੂਰ ਪੜ੍ਹਿਆ ਹੈ ਜਦ ਸੁਲੇਮਾਨ ਪ੍ਰਾਰਥਨਾ ਕਰ ਚੁੱਕਿਆ ਜਦ ਸੁਲੇਮਾਨ ਪ੍ਰਾਰਥਨਾ ਕਰ ਚੁੱਕਿਆ ਤਾਂ ਆਕਾਸ਼ ਉੱਤੋਂ ਅੱਗ ਉਤਰੀ ਅਤੇ ਹੂਮ ਦੀ ਭੇਟ ਤੇ ਬਲੀਆਂ ਨੂੰ ਪੱਖ ਲਿਆ ਆਕਾਸ਼ ਤੋਂ ਅੱਗ ਉਤਰਨੀ ਜਿਹੜੀ ਹੈ ਉਹ ਹੋਰ ਹੈ ਤੇ ਜਿਹੜੀ ਇੱਥੋਂ ਵਾਲੀ ਅੱਗ ਹੈ ਉਹ ਹੋਰ ਹੈ ਮੈਂ ਸਮਝ ਸਕਦਾ ਹਾਂ ਕਿ ਅੱਜ ਅੱਗ ਜਿਹੜੀ ਹੈ ਉਹ ਇੱਕ ਮਾਚਿਸ ਦੀ ਡੱਬੀ ਵਿੱਚ ਤੀਲਾਂ ਵਾਲੀ ਡੱਬੀ ਵਿੱਚ ਵੀ ਬੰਦ ਹੋ ਕੇ ਰਹਿ ਗਈ ਹੈ ਪਰ ਇਹ ਕਿਹੜੀ ਅੱਗ ਹੈ ਇਹ ਇੱਥੋਂ ਦੀ ਅੱਗ ਹੈ ਜਿਹੜੀ ਧਰਤੀ ਦੇ ਉੱਤੇ ਹੈ ਔਰ ਇਹ ਮਾਚਿਸ ਦੀ ਮਤਲਬ ਤੀਲਾਂ ਦੀ ਡੱਬੀ ਤੋਂ ਲੈ ਕੇ ਪਰਮਾਣੂ ਬੰਬ ਤੱਕ ਇਹ ਧਰਤੀ ਦੀ ਅੱਗ ਹੈ ਜਿਹਨੇ ਧਰਤੀ ਨੂੰ ਕੀ ਕਰ ਦੇਣਾ ਹੈ ਭਸਮ ਕਰ ਦੇਣਾ ਹੈ ਜੋ ਮੈਂ ਦੱਸਣਾ ਚਾਹੁੰਦਾ ਇੱਕ ਅੱਗ ਹੈ ਹੱਥ ਉਠਾ ਕੇ ਆਖੋ ਜਿਹੜੀ ਆਕਾਸ਼ ਤੋਂ ਆਉਂਦੀ ਹੈ ਇਹ ਅੱਗ ਯਹੋਵਾ ਦੀ ਅੱਗ ਹੈ ਔਰ ਜੇ ਮੈਂ ਇਸ ਨੂੰ ਅੱਜ ਤੁਹਾਡੇ ਸਾਹਮਣੇ ਬਿਆਨ ਕਰਾਂ ਕਿ ਇਹ ਅੱਗ ਕਿੰਨੀ ਵਾਰੀ ਉਤਰੀ ਆਕਾਸ਼ ਤੋਂ ਤੇ ਸਾਡੇ ਲਈ ਤੇ ਬੜੀ ਮੁਬਾਰਕ ਗੱਲ ਹੋਵੇਗੀ ਪਰ ਤੁਹਾਡੇ ਲਈ ਸਮਾਂ ਹੋਵੇਗਾ ਬਈ ਤੁਸੀਂ ਇਸ ਨੂੰ ਸੁਣ ਸਕੋ ਤੋ ਅੱਗ ਉਦੋਂ ਆਸਮਾਨ ਤੋਂ ਉਤਰਦੀ ਆ ਜਦੋਂ ਖੁਦਾ ਉਤਰਦਾ ਜਦੋਂ ਯਹੋਵਾ ਪਰਮੇਸ਼ਵਰ ਉੱਤੋਂ ਉਤਰਦਾ ਹੈ ਤੇ ਉਹਦੇ ਨਾਲ ਅੱਗ ਵੀ ਉਤਰਦੀ ਹੈ ਔਰ ਉਹ ਅੱਗ ਆਸਮਾਨੀ ਅੱਗ ਹੁੰਦੀ ਹੈ ਤੋ ਮੈਂ ਜ਼ਰੂਰ ਹੈ ਕਿ ਤੁਹਾਨੂੰ ਇਹਦੇ ਵਿੱਚ ਲੈ ਕੇ ਜਾਵਾਂਗਾ ਭਾਈ ਇਹ ਆਸਮਾਨੀ ਅੱਗ ਜਿਹੜੀ ਹੈ ਇਹ ਯਹੋਵਾ ਦੇ ਨਾਲ ਆਉਂਦੀ ਹੈ ਕਿਉਂਕਿ ਯਹੋਵਾ ਪਰਮੇਸ਼ਵਰ ਕਾਹਦੇ ਵਿੱਚ ਆਉਂਦਾ ਹੈ ਤਾਲੀਆਂ ਵਜਾ ਕੇ ਆਖਾਂ ਦੇ ਅੱਗ ਦੇ ਵਿੱਚ ਔਰ ਜਦੋਂ ਵੀ ਕਦੇ ਉਹ ਪ੍ਰਗਟ ਹੋਇਆ ਜਾਂ ਤੇ ਰੋਸ਼ਨੀ ਤੇਜ਼ ਰੋਸ਼ਨੀ ਜਾਂ ਫਿਰ ਅੱਗ ਦੇ ਨਾਲ ਉਹ ਪ੍ਰਗਟ ਹੁੰਦਾ ਹੈ ਔਰ ਅਸੀਂ ਦੇਖਾਂਗੇ ਕਿ ਖੁਦਾ ਨੇ
अब्राहम नाल गल्लां कीतियां, आसमान तो गल्लां उहदे नाल कीतियां, पर अजे आप उत्तो थले नहीं सी आया। अब्राहम कानू वेख रहा सी ते की सुन रहा सी, गल्लां सुन रहा सी, कीदियां गल्लां? यहोवा परमेश्वर दियां गल्लां। ਉਹ ਥੱਲਿਓ ਤਾਂ ਨੂੰ ਵੇਖ ਕੇ ਸੁਣ ਰਿਹਾ ਸੀ ਕਿ ਖੁਦਾ ਮੇਰੇ ਨਾਲ ਬੋਲ ਰਿਹਾ ਹੈ। ਔਰ ਦੂਸਰੇ ਆਦਮੀ ਕਿੰਨੇ ਵੇਖੀਆਂ ਤਾਂ ਨੂੰ ਮੂੰਹ ਕਰਕੇ ਗੱਲਾਂ ਯਹੋਵਾ ਦੀਆਂ, ਇਹ ਨੂਹ ਹੈ। ਪਰ ਇਹਨਾਂ ਦੋਨਾਂ ਨਬੀਆਂ ਦੇ ਵਿੱਚੋਂ ਦੀ ਅੱਗ ਨਹੀਂ ਉਤਰੀ। ਅੱਗ ਕਿਹਦੇ ਮਤਲਬ ਕਿਹਦੇ ਸਾਹਮਣੇ ਉਤਰੀ ਹੈ? ਹੱਥ ਉਠਾ ਕੇ ਆਖਾਂਗੇ ਮੂਸਾ ਦੇ ਸਾਹਮਣੇ। ਇਹ ਮੂਸਾ ਦੇ ਸਾਹਮਣੇ ਪਹਿਲੀ ਵਾਰ ਅੱਗ ਜਿਹੜੀ ਉੱਤੋਂ ਆਸਮਾਨ ਤੋਂ ਥੱਲੇ ਆਈ ਹੈ, ਇਹ ਮੂਸਾ ਦੇ ਦੁਆਰਾ, ਯਾਨੀ ਕਿ ਮੂਸਾ ਨੂੰ ਵਿਖਾਈ ਦੇਣ ਲਈ, ਕਿਉਂਕਿ ਮੂਸਾ ਨੂੰ ਕਈ ਵਾਰੀ ਉਹਨੇ ਅੱਗ ਵਿੱਚ ਰੱਖਣਾ ਸੀ। ਇਸ ਕਰਕੇ ਖੁਦਾ ਜਦ ਮੂਸਾ ਨੂੰ ਮਿਲਣ ਵਾਸਤੇ ਆਇਆ ਤੇ ਹੋਰੇਬ ਦੇ ਪਹਾੜ ਦੇ ਉੱਤੇ ਆਇਆ। ਹੋਰੇਬ ਦੇ ਪਹਾੜ ਨੂੰ ਅਸੀਂ ਕੂਚ ਤੀਸਰੇ ਅਧਿਆਏ ਦੇ ਵਿੱਚ ਲੈ ਸਕਦੇ ਹਾਂ। ਔਰ ਇਹ ਕੂਚ ਤੀਸਰਾ ਅਧਿਆਇ ਪਹਿਲੀਆਂ ਆਇਤਾਂ ਨੂੰ ਕੋਈ ਵੀ ਬੱਚਾ ਪੜ੍ਹ ਸਕਦਾ ਹੈ। ਮੈਂ ਉੱਤੋਂ ਇੱਥੋਂ ਪੁਲਪੁਟ ਤੋਂ ਰਿਪੀਟ ਕਰ ਦੇਵਾਂਗਾ। ਹਾਂ, ਕੋਈ ਵੀ ਪੜ੍ਹ ਸਕਦਾ ਹੈ। ਮੂਸਾ ਆਪਣੇ ਸਹੁਰੇ ਜਿਥਰੋ ਮਦਿਆਨੀ ਦੀਆਂ ਪੁਜਾਰੀ ਦੇ ਇੱਜੜ ਨੂੰ ਚਾਰਦਾ ਸੀ। ਹਾਂਜੀ, ਉਸਨੇ ਇੱਜੜ ਨੂੰ ਉਜਾੜ ਦੇ ਪਿਛਲੇ ਵੱਲ ਹੱਕ ਦਿੱਤਾ। ਪੜਾਂਗੇ ਅਤੇ ਉਹ ਪਰਮੇਸ਼ਵਰ ਦੇ ਪਹਾੜ ਹੋਰੇਬ ਦੇ ਕੋਲ ਆਇਆ। ਪੜਾਂਗੇ ਤਾਂ ਯਹੋਵਾ ਦੇ ਦੂਤ ਨੇ ਹਾਂਜੀ ਇੱਕ ਝਾੜੀ ਵਿੱਚੋਂ ਅੱਗ ਦੀ ਲਾਟ ਵਿੱਚ ਉਸਨੂੰ ਦਰਸ਼ਨ ਦਿੱਤਾ। ਕਿਹਦੇ ਦੂਤ ਨੇ? ਯਹੋਵਾ ਦਾ ਦੂਤ ਯਹੋਵਾ ਹੈ। ਤੁਹਾਨੂੰ ਭੁਲੇਖਾ ਨਾਲ ਜਿੱਥੇ ਵੀ ਤੁਹਾਨੂੰ ਇਹ ਲਿਖਤ ਮਿਲੇਗੀ, ਯਹੋਵਾ ਦਾ ਦੂਤ ਉਹ ਯਹੋਵਾ ਹੀ ਹੈ। ਲਿਖਣ ਦੇ ਵਿੱਚ ਹੈ ਕਿ ਯਹੋਵਾ ਦਾ ਦੂਤ, ਪਰ ਉਹ ਯਹੋਵਾ ਹੀ ਹੈ। ਇਸ ਕਰਕੇ ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਤੋ ਮੈਂ ਦੱਸਣਾ ਚਾਹੁੰਦਾ ਹਾਂ, ਯਹੋਵਾ ਦੇ ਦੂਤ ਨੇ ਅੱਗ ਦੀ ਝਾੜੀ ਵਿੱਚੋਂ ਉਹਨੂੰ ਕੀ ਦਿੱਤੀ? ਵਿਖਾਈ ਦਿੱਤੀ। ਅਸਲ ਵਿੱਚ ਯਹੋਵਾ ਅੱਗ ਦੀ ਝਾੜੀ ਵਿੱਚ ਬੈਠਾ ਹੋਇਆ ਸੀ, ਔਰ ਝਾੜੀ ਅੱਗ ਨਾਲ ਬਲ ਰਹੀ ਸੀ। ਇੱਥੇ ਮੈਨੂੰ ਕੋਈ ਵੀ ਨਹੀਂ ਦਿਸਦਾ ਜਿਹੜਾ ਉਸ ਝਾੜੀ ਨੂੰ ਵੇਖ ਕੇ ਆਇਆ ਹੋਵੇ। ਪਰ ਯਾਦ ਰੱਖੋ, ਮੈਂ ਉਸ ਝਾੜੀ ਨੂੰ ਵੇਖ ਕੇ ਆਇਆ। ਮੇਰੇ ਤੋਂ ਝਾੜੀ ਕਿੰਨੀ ਕੁ ਦੂਰ ਸੀ? ਬਸ ਆਹ ਛੋਟੇ ਜਿਹੇ ਥੰਮ ਤੱਕ ਮੈਂ ਇੰਨਾ ਨਜ਼ਦੀਕ ਉਹਦੇ ਗਿਆ ਸੀ। ਔਰ ਅਜੇ ਵੀ ਉਹ ਝਾੜੀ ਹਰੀ ਭਰੀ ਹੈ। ਬੇਸ਼ੱਕ ਯਹੋਵਾ ਝਾੜੀ ਵਿੱਚ ਸੀ ਤੇ ਝਾੜੀ ਅੱਗ ਨਾਲ ਬਲ ਰਹੀ ਸੀ, ਪਰ ਕੀ ਨਹੀਂ ਸੀ ਹੁੰਦੀ? ਹੱਥ ਉਠਾ ਕੇ ਆਖਾਂਗੇ ਕੀ ਨਹੀਂ ਸੀ ਹੁੰਦੀ? ਕਸਮ ਨਹੀਂ ਸੀ ਹੁੰਦੀ। ਤੋ ਮੇਰੇ ਅਜੀ ਜੋ ਇਸੇ ਤਰ੍ਹਾਂ ਦੀ ਅੱਗ ਜਿਹੜੀ ਹੈ ਉਹ ਸੁਲੇਮਾਨ ਦੇ ਪ੍ਰਾਰਥਨਾ ਦੇ ਮਗਰੋਂ ਹੈਕਲ ਵਿੱਚ ਉਤਰੀ, ਪਰ ਹੈਕਲ ਦਾ ਕੋਈ ਨੁਕਸਾਨ ਨਹੀਂ ਹੈ। ਪਰ ਜੇ ਕਦੇ ਇੱਥੋਂ ਧਰਤੀ ਦੀ ਅੱਗ ਹੋਵੇ ਤੇ ਉਹ ਜ਼ਰੂਰ ਨੁਕਸਾਨ ਹੋ ਜਾਏਗਾ। ਪ੍ਰਭੂ ਤੁਹਾਨੂੰ ਢੇਰ ਸਾਰੀ ਬਰਕਤ ਦੇਵੇ ਇਹਨਾਂ ਸੰਦੇਸ਼ਾਂ ਨੂੰ ਲੈਣਾ ਔਰ ਇਹਨਾਂ ਲਿਖਤਾਂ ਨੂੰ ਪੜ੍ਹਨਾ ਔਰ ਇਹਨਾਂ ਲਿਖਤਾਂ ਦੇ ਮੁਤਾਬਕ ਚੱਲਣਾ ਜਿਹੜਾ ਹੈ, ਮੈਂ ਉਸਨੂੰ ਮੁਬਾਰਕ ਕਹਿੰਦਾ ਹਾਂ। ਹਾਲੇਲੂਇਆ। ਮੇਰੇ ਅਸੀਂ ਜੋ ਜਦੋਂ ਇਹ ਦੂਸਰੀ ਵਾਰੀ ਅੱਗ ਉਤਰੀ ਤੇ ਉਹ ਕੂਚ 19 ਅਧਿਆਏ ਦੇ ਅੰਦਰ ਸੀ। ਕੀ ਤੁਸੀਂ ਇਸ ਨੂੰ ਵੀ ਲੈਣਾ ਚਾਹੁੰਦੇ ਜੇ? ਜ਼ਰੂਰ ਲਓ, ਪੜ੍ਹੋ ਕੂਚ 19:16।
पूछ 19:16 ਨੂੰ कोई भी बच्चा पढ़ सकता अपनी डायरी लेके आया करो क्योंकि तुहानू बाइबल सिखाई जाती है। इस तरह होया कि जां तीसरे दिन सवेरा होया गज्जा होया लिशकां पईआं एक काला बदल पहाड़ दे उत्ते सी तुरी दी आवाज बहुत उच्ची हुंदी जांदी सी। हां जी ओ सारे कंप गए सन पड़ांगे धुआं अग विचों निकलदा है। याद रखो जे कि धुआं निकलता हो समझ लो अग उथे हैगी है। और सारे सिनाई पहाड़ जो तो की निकल रहा सी धुआं निकल रहा सी इहदा मतलब सारे पहाड़ के उपर अग सी। और जो मैं उस सीना पहाड़ नूं वेख रहा सी मैं इस पासे नूं देख रहा सी ਇਹ ਪਾਸਾ ਸਾਰੀ ਵੱਡੀ ਗਰਾਊਂਡ ਸੀਗੀ ਜਿਹਦੇ ਵਿੱਚ ਲੱਖਾਂ ਲੋਕ ਬਹਿ ਸਕਦੇ ਸੀ। ਪਰ ਜੇ ਸੀਨਾ ਪਹਾੜ ਨੂੰ ਵੇਖਣਾ ਤੇ ਇਧਰ ਪਹਾੜ ਬਾਈ ਨੂੰ ਵੇਖਣਾ ਪੈਂਦਾ। ਜੇ ਹੋਰੇਬ ਦੇ ਪਹਾੜ ਨੂੰ ਵੇਖਣਾ ਤਾਂ ਵੀ ਉਸ ਸਾਈਡ ਤੋਂ ਵੇਖਿਆ ਜਾਂਦਾ ਹੈ। ਪ੍ਰਭੂ ਕਾ ਨੂੰ ਬਹੁਤ ਵੱਡੀ ਬਰਕਤ ਦੇਵੇ। ਤੋ ਅਸੀਂ ਦੇਖ ਰਹੇ ਹਾਂ ਕਿ ਯਹੋਵਾ ਦੀ ਅੱਗ ਹੋਰੇਬ ਦੇ ਉੱਤੇ ਔਰ ਫਿਰ ਸੀਨਾ ਦੇ ਪਹਾੜ ਉੱਤੇ ਔਰ ਫਿਰ ਸੁਲੇਮਾਨ ਦੀ ਹੈਕਲ ਦੇ ਅੰਦਰ ਆ ਗਈ ਔਰ ਉਸਨੇ ਜਿੰਨੀਆਂ ਬਲੀਆਂ ਸੀ ਸਾਰੀਆਂ ਨੂੰ ਕੀ ਕਰ ਦਿੱਤਾ ਪਸਮ ਕਰ ਦਿੱਤਾ। ਜਿੰਨੀਆਂ ਬਲੀਆਂ ਉੱਥੇ ਚੜਾਈਆਂ ਗਈਆਂ ਉਹਨਾਂ ਸਾਰੀਆਂ ਨੂੰ ਪਸਮ ਕਰ ਦਿੱਤਾ ਔਰ ਅੱਗ ਉਹ ਧੂਆਂ ਇੰਨਾ ਸੀ ਕਿ ਜਾਜਕ ਅੰਦਰ ਨਹੀਂ ਸੀ ਜਾ ਸਕੇ। ਕਿਉਂ ਨਹੀਂ ਸੀ ਅੰਦਰ ਜਾਜਕ ਜਾ ਸਕੇ? ਕਿਉਂਕਿ ਜਾਜਕ ਡਰਦੇ ਸੀ ਇਸ ਲਈ ਕਿ ਯਹੋਵਾ ਅੱਗ ਵਿੱਚ ਉੱਤੇ ਉਤਰਿਆ ਹੋਇਆ ਸੀ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਮੈਂ ਇੱਕ ਹੋਰ ਸ਼ਬਦ ਕਿਹਾ ਸੀ ਲਾਈਟ। ਖੁਦਾ ਲਾਈਟ 'ਚ ਵੀ ਆਉਂਦਾ ਹੈ ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਉਹ ਯਹੋਵਾ ਹੈ ਉਹ ਅੱਗ ਵਿੱਚ ਆਉਂਦਾ ਹੈ ਔਰ ਜਦੋਂ ਆਉਂਦਾ ਹੈ ਤੇ ਉਹ ਤਿੱਖੀ ਲਾਈਟ ਵਿੱਚ ਆਉਂਦਾ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਤੁਸੀਂ ਆਪਣੀਆਂ ਡਾਇਰੀਆਂ 'ਤੇ ਲਿਖੋ ਤਾਂ ਜੋ ਤੁਹਾਨੂੰ ਪਤਾ ਲੱਗੇ ਅਸੀਂ ਕੀ ਸਿੱਖ ਕੇ ਆਏ ਹਾਂ। ਸਿਖਾਉਣ ਵਾਲੇ ਬਹੁਤ ਥੋੜੇ ਰਹਿ ਗਏ ਨੇ ਔਰ ਸਿਖਾਉਣ ਵਾਲਾ ਕੋਈ ਪਾਸਟਰ ਨਹੀਂ ਹੈ। ਸਿਖਾਉਣ ਵਾਲਾ ਖੁਦਾ ਦਾ ਜਿਉਂਦਾ ਵਚਨ ਹੈ। ਹਾਲੇਲੂਇਆ। ਤੋ ਜੇ ਸਿਖਾਉਣ ਵਾਲਾ ਵਚਨ ਹੈ ਤੇ ਇਹ ਵਚਨ ਜਿਹੜਾ ਹੈ ਇਹੀ ਸਾਡਾ ਖੁਦਾਵੰਦ ਯੇਸ਼ੂ ਮਸੀਹ ਹੈ। ਔਰ ਜੇ ਯੇਸ਼ੂ ਮਸੀਹ ਸਿਖਾਉਣ ਵਾਲਾ ਹੈ ਤੇ ਉਹਨੇ ਕਿੰਨਾ ਨੂੰ ਸਿਖਾਉਣ ਲਈ ਘੱਲ ਦਿੱਤਾ? ਰਸੂਲਾਂ ਨੂੰ। ਜਾਓ ਜਾ ਕੇ ਲੋਕਾਂ ਨੂੰ ਕੀ ਕਰੋ? ਸਿਖਾਓ। ਤੁਰਦੇ ਤੁਰਦੇ ਪ੍ਰਚਾਰ ਕਰੋ। ਆਖੋ ਸਵਰਗ ਦਾ ਰਾਜ ਨੇੜੇ ਆਇਆ ਹੈ। ਖੁਦਾ ਨੂੰ ਕਿਸੇ ਬੰਦੇ ਦੀ ਜ਼ਰੂਰਤ ਪੈਂਦੀ ਹੈ। ਜਿਸ ਤਰ੍ਹਾਂ ਸੱਟ 'ਤੇ ਥੌੜੀ ਨੇ ਮਾਰਨੀ ਹੈ ਪਰ ਥੌੜੀ ਨੂੰ ਕੋਈ ਹੱਥ ਹੋਣਾ ਚਾਹੀਦਾ ਹੈ ਤਾਂ ਹੀ ਉਹ ਬੁੜ ਕੇ ਕਿਸੇ ਚੀਜ਼ ਦੇ ਉੱਤੇ ਵੱਜੇਗੀ, ਨਹੀਂ ਤੇ ਉਹ ਵੱਜ ਨਹੀਂ ਸਕਦੀ। ਇਸ ਕਰਕੇ ਖੁਦਾ ਕਿਸੇ ਆਦਮੀ ਨੂੰ ਮਿੱਟੀ ਦੇ ਆਦਮੀ ਨੂੰ ਲੈਂਦਾ ਹੈ। ਮੈਂ ਮਿੱਟੀ ਦਾ ਆਦਮੀ ਹਾਂ, ਤੁਸੀਂ ਵੀ ਸਭ ਮਿੱਟੀ ਦੇ ਹੋ। ਔਰ ਯਾਦ ਰੱਖੋ ਤੁਸੀਂ ਮਿੱਟੀ ਵਿੱਚ ਰਹਿ ਕੇ ਸੁਣ ਰਹੇ ਹੋ ਔਰ ਮੈਂ ਮਿੱਟੀ ਜਿਹੜੀ ਹਾਂ ਮੈਂ ਕੁਛ ਨਹੀਂ ਹਾਂ। ਸਾਰਾ ਕੁਛ ਖੁਦਾ ਦਾ ਜਿਉਂਦਾ ਵਚਨ
सब खुदा दा है। हालेलुया। भावे ए सुन वाले सुन भावे ए सुनाउन वाला सुनावे असी की हां मिट्टी दे शरीर विच हां। और मिट्टी का शरीर किन्ना चिर साडे कोल है? बहुता चिर नहीं। मैं बहुत जनाजे पढ़ चुकिया हां। मैं बहुत सारिया कबरां विच अपने भरावां भैणां नूं उतार दे वेख्या है। और मैं कई बारी इन्हां आयतां दे उत्ते जिहड़ियां पहला दूसरा करंथियां पंज दी पहली है, मैं बहुत बारी इहदे उत्ते प्रचार कीता है। और जदों पौलुस उत्थे कहिंदा है साडा मिट्टी जा तंबू जा कर जिहड़ा धरती दे उत्ते है, जदों टै पवे तो परमेश्वर दे कोलों सानू इक घर मिलेगा जिहड़ा बिना हाथ लाए अटट अते स्वर्ग दे विच बनिया होया। जदों किसे नूं मिट्टी विच उतारिया जांदा है ते काहदे लई भला, काहदे लई उतारिया जांदा है? इन्हां गल्लां नूं असीं जरूर सिखांगे। काहदे लई उतारिया जांदा है? क्योंकि उत्पत्ति 3:17 विच कहा गया है, इस कारण के तू अपनी तीवी दी गल सुनी और धरती तेरे कारण श्रापित हुई, ओ तेरे लिए कंडे अते कंडियाले उगाया करेगी अते तू जीवन पारो दे विचों दुख नाल खावेगा, तू मुंह दे मुड़ के नाल रोटी खावेगा और तू मिट्टी विचों कढ़िया गया। हाथ उठा के आखो मिट्टी विच ही चला जावे। इस करके मेरे अजी जो साढ़े को दो शरीर ने, और एक ते है जिहड़ा मिट्टी का है, और मिट्टी के शरीर विच रह के रसूल नबिया ने प्रचार किया, मिट्टी के शरीर के उन्होंने खुदा की आवाज सुनी है, मिट्टी के शरीर में रह के उन्होंने यहोवा परमेश्वर नाल की कीतियां ने गल्लां कीतियां ने, मिट्टी के शरीर में आके ही तौबा, जे मिट्टी का शरीर नहीं तुसी तौबा कर ही नहीं सकोगे। जिन्ना चिर मिट्टी का शरीर तुहाडे कोल नहीं है तुसी कदे तौबा कर ही नहीं सकोगे। और जे तुहाडे को मिट्टी का शरीर हैगा ते ताहीं तुहाडे अंदर पाप भी आए। पाप कादे नाल आए ने? मिट्टी दे शरीर नाल आए ने। तो याद रखो जे मिट्टी का शरीर जेड़ा है ए पाप दे अंदर चले गया है ते फिर पौलुस सच कहिंदा, ओ कहिंदा सबना ने पाप कीता ते सारे परमेश्वर दे प्रताप तो रह गए। दूसरी आयत तो कहिंदा है पाप दी मजदूरी मौत है। मेरे अजीजो इत्थे मौत साडे शरीरां दे अंदर सानू परेशान नहीं हुण कर सकदी। क्यों? हां जिहड़े प्रभु दे नहीं उन्हां नूं परेशान कर सकदी है, वो मौत तो डर सकदे ने, पर तुहानू मौत तो डरन दी कोई जरूरत नहीं है। क्योंकि पौलुस ने कहा जीना साडे लई मसीह है ते मर जाना लाभ है। इन्नी दलेरी दे अंदर तुसा रहना है पर जीना साडे लई मसीह है ते मर जाना लाभ है। छोटे बच्चों नू अपने कोल रखो, प्रभु तुहानू बहुत वड्डी कृपा दवे, वह वड्डे होणगे ते वह भी वचन नू जरूर सुनगे जे प्रभु दी कृपा उन्हां दे नाल होवेगी। पर हुण उन्हां नू संभालण दी तुहाडी जिम्मेवारी है। हालेलुया। मेरे अजीजो इस करके जिन्ना चिर असी मिट्टी दे शरीर विच हां उन्ना चिर असी खुदा दे कम्मां नू वेख सकदे हां, खुदा दीआं गल्लां नू
सुन सकते हाँ, अपने पापा का इकरार कर सकते हाँ। खुदा साडे पापा नूं माफ करन दी शक्ति रखदा है। इस करके प्रभु ढेर सारी बरकत दवे। तो अज असीं वेखदे हाँ कि सुलेमान प्रार्थना कर चुकिया। किन्ना ने प्रार्थना कर चुकिया मैनू थोड़ा जिहा ते तुहानू दसना ही पैना है। लिखा है ओ परदेसी भी जेड़ा तेरी परजा इसराइल दे विचों नहीं है, जादो तेरे वड्डे नाम अते शक्ति वान हाथ विच तेरी लंबी बांह दे कारण दूर देश दे विचों आवे अते आके इस भवन विच बेनती करे, तां तू अपने स्वर्गी भवन तो सुन के उस ओपरे की प्रार्थना उस ओपरे की सारी दुआई अनुसार करी, तां जो धरती दे सारे लोग तेरे नाम नूं जानन अते तेरी परजा इसराइल वांगर तेरा भय मनन अते जान लैन कि ओ भवन जिन्नू मैं बनाया है तेरे नाम दा अखवाउंदार है। हालेलुया। उदो उथे रहिंदा सी जदो प्रार्थना उन्हें कर दिती उदो ओ उथे सीगा और उतर के ओ आया हैकल दे विच आया और बहुत सारे लोग फिर उस हैकल वल नूं जांदे सन। कोई मेमना लैके जांदा सी, कोई लेला बकरी दा बच्चा लैके जांदा सी। इह कादे लई जांदे सन? जे पाप हो गया ते पाप दी बलि देनी पैणी, और जे घर विच कोई सुख सांद नहीं ते सुख सांद दी बलि भी एक मेमना दा लेला खड़ के देनी पैणी। याद रखो फिर पेड़ दी बलि भी देनी पैणी। और फिर दसना चाहूंगा कि जे कोई जाजक गलती करता है, जाजक दे कोलो पाप हो गया ते फिर मेमने दी बलि नाल नहीं भेड़ दे मतलब बकरी दे बच्चे लेले दे नाल कुर्बानी, वो मतलब जाजक दा दोष माफ नहीं होना। उन्हों की खड़ना पैना, उन्हों वड्डा सारा एक बोल खड़ना पैना, उन्हों एक बोल दिखाना पैना, क्योंकि सेवक ही है। हाथ उठा के आखांगे बोल्द है सेवक। कौन है सेवक? बोल्द है। इनू बगना ही पैना, रात होवे दिन होवे इनू जाना ही पैना। हुण ते फोना दी सहूलत हो गई, पर जो रात कोई सददा सी भाई जी असी बड़े परेशान हाँ तो मैं मोटरसाइकिल लैके निकल जाता, क्योंकि रात होवे दिन होवे एक सेवक नू एक करना ही पैना। और मैं फोन सराहने रखता हाँ, इस करके फोन 2 बजे भी आउंदा, फोन 1 बजे भी आउंदा, 3 बजे भी आउंदा, 4 बजे भी आ सकता, 12 बजे भी आ सकता। उठना पैना, फोन ते दुआ करनी पैनी, सेवकाई दे काम नूं पूरिया करना पैना है। हालेलुया। इस करके प्रभु तुहानूं बहुत वड्डी बरकत दवे। तो मैं दसना चाहुंदा हाँ कि इह अग उस हैकल विच आ गई। आओ हुण असीं उसी अग नूं जिहड़ी सुलेमान दी हैकल विच आ गई सी, इसे अग नूं असीं रसूलां दे करतब 2 अध्याय और उस दीआं पहलीआं 2 आयतां पढ़ांगे। दिलारस कोल फोन माइक है ते उह पढ़ सकदे ने, आओ असीं पढ़ांगे। छेती छेती अपनी बाइबल खोलांगे। जां पैंतेकुस्त दा दिन आया
ਉਹ ਸਭ ਇੱਕ ਥਾਂ ਇਕੱਠੇ ਸਨ ਉਹ ਸਾਰੇ ਇੱਕ ਥਾਂ ਇਕੱਠੇ ਸਨ ਅਚਾਨਕ ਆਕਾਸ਼ ਤੋਂ ਇੱਕ ਗੂੰਜ ਆਈ ਅਚਾਨਕ ਆਕਾਸ਼ ਤੋਂ ਇੱਕ ਗੂੰਜ ਆਈ ਜਿਹੜੀ ਵੱਡੀ ਭਾਰੀ ਹਨੇਰੀ ਦੇ ਵਗਣ ਦੀ ਹੁੰਦੀ ਹੈ ਵੱਡੀ ਭਾਰੀ ਹਨੇਰੀ ਦੇ ਵਗਣ ਦੀ ਹੁੰਦੀ ਹੈ ਅਤੇ ਉਸ ਨਾਲ ਸਾਰਾ ਘਰ ਉਸ ਨਾਲ ਸਾਰਾ ਘਰ ਜਿੱਥੇ ਉਹ ਬੈਠੇ ਸਨ ਜਿੱਥੇ ਉਹ ਬੈਠੇ ਹੋਏ ਸਨ ਭਰ ਗਿਆ ਪੜਾਂਗੇ ਔਰ ਉਹਨਾਂ ਨੂੰ ਅੱਗ ਦੀਆਂ ਜੀਭਾਂ ਉਹਨਾਂ ਨੂੰ ਅੱਗ ਜਿਹੀਆਂ ਜੀਭਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਵਿਖਾਈ ਦਿੰਦੀਆਂ ਵੱਖਰੀਆਂ ਹੁੰਦੀਆਂ ਵਿਖਾਈ ਦਿੱਤੀਆਂ ਅਤੇ ਉਹ ਉਹਨਾਂ ਵਿੱਚੋਂ ਹਰੇਕ ਉੱਤੇ ਟਹਿ ਰਹੀਆਂ ਅੱਗ ਦੀਆਂ ਜੀਭਾਂ ਉਹਨਾਂ ਵਿੱਚੋਂ ਹਰੇਕ ਦੇ ਉੱਤੇ ਆ ਕੇ ਠਹਿਰ ਗਈਆਂ ਤਾਂ ਉਹ ਸਭੇ ਪਵਿੱਤਰ ਆਤਮਾ ਨਾਲ ਭਰ ਗਏ ਆਮੀਨ ਪਵਿੱਤਰ ਆਤਮਾ ਕੀ ਹੈ ਹੱਥ ਉਠਾ ਕੇ ਆਖੋ ਇਹ ਅੱਗ ਹੈ ਹਾਲੇਲੂਇਆ ਇਸ ਕਰਕੇ ਅਸੀਂ ਦੇਖਦੇ ਹਾਂ ਕਿ ਉਦੋਂ ਇਕੱਲਾ ਹੀ ਮਤਲਬ ਯਹੋਵਾ ਪਰਮੇਸ਼ੁਰ ਹੈਕਲ ਵਿੱਚ ਆ ਗਿਆ ਪਰ ਇੱਥੇ ਕਿੰਨੇ ਕੁ ਜਾਣੇ ਨੇ ਜਿਹੜੇ ਅੱਗ ਦੀ ਲਪੇਟ ਵਿੱਚ ਆ ਗਏ ਨੇ ਔਰ ਅੱਗ ਉਹਨਾਂ ਦੇ ਉੱਤੇ ਜੀਭਾਂ ਵਾਂਗੂ ਅੱਗ ਫਟਦੀ ਹੋਈ ਉਹਨਾਂ ਦੇ ਉੱਤੇ ਆ ਕੇ ਠਹਿਰ ਗਈ ਹੈ ਇਹ ਸਾਰੇ ਕਾਹਦੇ ਨਾਲ ਭਰ ਗਏ ਨੇ ਡਾਲੀਆਂ ਵਜਾ ਕੇ ਆਖੋ ਪਵਿੱਤਰ ਆਤਮਾ ਨਾਲ ਭਰ ਨਾਲ ਭਰ ਗਏ ਨੇ ਹੁਣ ਇਹਨਾਂ ਨੂੰ ਕੌਣ ਚਲਾਏਗਾ ਪਾਸਟਰ ਨਹੀਂ ਚਲਾਏਗਾ ਸਾਨੂੰ ਕੌਣ ਚਲਾਵੇ ਪਵਿੱਤਰ ਆਤਮਾ ਚਲਾਵੇ ਹਾਲੇਲੂਇਆ ਪਾਸਟਰ ਇੱਕ ਸਿਰ ਤੁਹਾਨੂੰ ਪੈਗਾਮ ਦੇ ਸਕਦਾ ਹੈ ਜ਼ਿੰਦਗੀ ਨੂੰ ਬਦਲ ਦੇਣ ਵਾਲਾ ਯਹੋਵਾ ਪਰਮੇਸ਼ਰ ਹੈ ਜਿਹੜਾ ਪਵਿੱਤਰ ਆਤਮਾ ਦੀ ਸ਼ਕਲ ਵਿੱਚ ਹੈ ਕਿਉਂ ਤੁਸੀਂ ਆਖੋਗੇ ਉਹ ਤੀਸਰਾ ਹੈ ਮੈਂ ਆਖਾਂਗਾ ਉਹ ਪਹਿਲਾ ਹੈ ਤੁਸੀਂ ਆਖੋਗੇ ਉਹ ਤੀਸਰਾ ਹੈ ਮੈਂ ਆਖਾਂਗਾ ਉਹ ਪਹਿਲਾ ਹੈ ਬਲਕਿ ਮੈਂ ਨਹੀਂ ਆਖਾਂਗਾ ਪ੍ਰਭੂ ਦਾ ਵਚਨ ਆਖੇਗਾ ਵੀ ਉਹ ਪਹਿਲਾ ਹੈ ਦੁਨੀਆਂ ਦੇ ਲੋਕ ਉਸ ਨੂੰ ਤੀਸਰੇ ਨੰਬਰ ਤੇ ਰੱਖਣਗੇ ਲੇਕਿਨ ਖੁਦਾ ਉਸ ਨੂੰ ਪਹਿਲੇ ਨੰਬਰ ਤੇ ਰੱਖੇਗਾ ਕਿਵੇਂ ਰੱਖੇਗਾ ਜਹੂਨਾ 4:24 ਨੂੰ ਅਸੀਂ ਜਹੂਨਾ 4:24 ਨੂੰ ਔਰ ਉੱਥੇ ਲਿਖਤ ਕਹਿੰਦੀ ਹੈ ਪਰਮੇਸ਼ਵਰ ਇੱਕ ਆਤਮਾ ਹੈ ਪਰਮੇਸ਼ਵਰ ਇੱਕ ਆਤਮਾ ਹੈ ਹਾਲੇਲੂਇਆ ਤੇ ਹੁਣ ਸੁਲੇਮਾਨ ਦੀ ਹੈਕਲ ਵਿੱਚ ਕੌਣ ਉਤਰਿਆ ਦੋਵੇਂ ਹੱਥ ਉਠਾ ਕੇ ਦੱਸੋ ਬੋਲਾ ਵੇਖਿਆ ਤੁਹਾਡੀ ਗੱਲ ਸਮਝ ਚ ਨਹੀਂ ਆਈ ਹੁਣ ਮੈਂ ਫਿਰ ਦੁਬਾਰਾ ਆਖਾਂਗਾ ਇਸ ਗੱਲ ਨੂੰ ਤੋ ਅਸੀਂ ਵੇਖਦੇ ਹਾਂ ਕਿ ਯਹੋਵਾ ਦੀ ਹੈਕਲ ਵਿੱਚ ਉਤਰਿਆ ਸੀ ਔਰ ਉਹ ਕੌਣ ਹੈ ਜਹੂਨਾ ਦੇ ਅੰਦਰ ਖੁਦਾ ਵੀ ਯੇਸੂ ਮਸੀਹ ਬੋਲ ਰਿਹਾ ਹੈ ਪਰਮੇਸ਼ਵਰ ਇੱਕ ਆਤਮਾ ਹੈ ਪਰਮੇਸ਼ਵਰ ਆਤਮਾ ਹੈ ਹਾਂਜੀ ਜੋ ਉਸ ਦੀ ਭਗਤੀ ਕਰਦੇ ਹਨ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਤਮਾ ਅਤੇ ਸੱਚਾਈ ਨਾਲ ਭਗਤੀ ਕਰਨ ਰਾਵਨ ਬਹੁਤ ਵੱਡੀ ਬਰਕਤ ਅਵੇ ਇੰਗਲਿਸ਼ ਵਿੱਚ ਲਿਖਤ ਕਹਿੰਦੀ ਹੈ ਗਾਡ ਇਜ ਇਸ ਫਿਟ ਜਾਣੀ ਕਿ ਖੁਦਾ ਇੱਕ ਹੈ ਔਰ ਜਿੰਨਿਆਂ ਨੇ ਉਸ ਦੀ ਭਗਤੀ ਕਰਨੀ ਹੈ ਉਹ ਆਤਮਾ ਤੇ ਸੱਚਾਈ ਨਾਲ ਕੀ ਕਰਨ ਭਗਤੀ ਕਰਨ ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ ਤੋ ਅਸੀਂ ਵੇਖਦੇ ਹਾਂ ਕਿ ਹੁਣ ਉਹਨਾਂ ਦੀ ਭਗਤੀ ਕਿਸ ਤਰ੍ਹਾਂ ਹੋਣੀ ਸੀ ਕਿਉਂਕਿ ਅੱਗ ਦੀਆਂ ਫਟਦੀਆਂ ਹੋਈਆਂ ਦੀਪਾਂ ਵਾਂਗੂ ਅੱਗ ਉਹਨਾਂ ਦੇ ਉੱਤੇ ਆ ਕੇ ਠਹਿਰ ਗਈ ਤੇ ਉਹ ਸਾਰੇ ਪਵਿੱਤਰ ਆਤਮਾ ਨਾਲ ਭਰਗੇ ਭਰਾਂਗੇ ਅਤੇ ਉਹ ਸਾਰੇ ਪਵਿੱਤਰ ਆਤਮਾ ਨਾਲ ਭਰਗੇ ਅਤੇ ਹੋਰ ਬੋਲੀਆਂ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਹਨਾਂ ਨੂੰ ਬੋਲਣ ਦਿੱਤਾ ਪ੍ਰਭੂ ਬਹੁਤ ਵੱਡੀ ਬਰਕਤ ਹੈ ਹੁਣ ਆਪ ਬੋਲ ਰਹੇ ਸੀ ਜਾਂ ਆਤਮਾ ਬੋਲ ਰਿਹਾ ਸੀ ਉਹਨਾਂ ਦੇ ਅੰਦਰ ਡਾਲੀਆਂ ਵਜਾ ਕੇ ਆਖੋ ਖੁਦਾ ਦਾ ਆਤਮਾ ਉਹਨਾਂ ਵਿੱਚ ਬੋਲ ਰਿਹਾ ਸੀ ਉਹ ਆਪ ਨਹੀਂ ਸੀ ਬੋਲ ਰਹੇ ਜਾਂ ਜ਼ੁਬਾਨ ਉਹਨਾਂ ਦੀ ਸੀ
पर बोलन वाला यहोवा परमेश्वर है। इस करके मेरे अजीजो हुण उन्हां नूं कौन चलाएगा? उन्हां नूं कोई मनुख नहीं चलाएगा। उन्हां नूं कौन चलाएगा? पवित्र आत्मा चलाएगा। इस करके असीं देखते हां रसूलां दे करतब 3:38 पढ़ो, 3:38 पढ़ो, रसूलां दे करतब 3:38 पढ़ो। प्रभु तुहानूं बहुत वड्डी कृपा दे। रसूलां दे करतब 3:38 आए, माफ करना 2:38। तद पतरस ने उन्हां नूं आख्या, यीशु मसीह दे नाम विच की लवे तां पवित्र आत्मा दा दान पाओगे। मेरे अजीजो हुण असीं देखदे हां बपतिस्मा शुरू तो केड़ा है? यीशु मसीह दे नाम विच डूंगे पानी विच। हालेलुया। तो साडे उत्ते साडे जोग दे नबी ने केड़े बपतिस्मे नूं प्रगट कीता है? यीशु मसीह दे नाम दे बपतिस्मे नूं उन्हें प्रगट कर दिता है कि असी इहनूं कबूल कीता है। इस नूं भला असी कीता है क्योंकि असां इह बपतिस्मा लिया है। और किने दस्या है? साडे जोग दे नबी ने इहदे बारे दस्या है। और सारे छिपे हुए भेत उसने खोल दिते ने। और जेड़ा इस बपतिस्मे दे थले नहीं है अजे भी वह अपनी मर्जी कर गया। और प्रभु तुहानूं बहुत वड्डी बरकत दे। यह बपतिस्मा पानी का है, यह बपतिस्मा पवित्र आत्मा का है। जो असीं पानी का बपतिस्मा लेते हाँ उहदे मगरों पवित्र आत्मा का बपतिस्मा है। पवित्र आत्मा का बपतिस्मा और बपतिस्मा पानी का लैके मगरों भी मिल जाता है। और इन्हां गल्लां नूं असीं लेना है भई ये जिहड़ी अग उतरी है ये अग दियां फट दियां होईयां जीवां उतर आईयां ने ते किहदे उत्ते ठहर गईयां ने? 120 दे उत्ते पवित्र आत्मा ठहर गया है। और जदों उत्ते पवित्र आत्मा ठहरिया होया सी अग दी लाट वांगू ठहरिया होया सी ते थले पवित्र आत्मा नाल उह भरे हुए सन। और की बोलन डै पे? बोलियां बोलन डै पे। केड़ियां बोलियां? 14 बोलियां जेड़ियां लिखत विच आईयां ने उह 14 बोलियां उन्हां ने बोलियां ने। और असीं वेखदे हां कि फिर उन्होंने होर बोलियां भी बोलियां ने, पर इत्थे लिखा है 2:5 मैं तुहाडे सामने पढ़ने चाहुंदा हां। हरेक देश विचों जो आकाश के हेठ है यहूदी भगत लोग यरूशलेम विच वसते सन। सो जां इह आवाज आई तां भीड़ लग गई अते लोग हक्के पक्के रह गए क्यों जो हरेक ने उन्हां नूं अपनी अपनी बोली विच बोलदियां सुनिया। उह चर्च रह गए और लिखत कहिंदी है हैरान हो के कहन लगे ए सब जिहड़े बोलदे हन की गलीली नहीं? फिर किकुर हरेक साडे विचों आपो अपने जन्म भूमि दी भाखिया सुनदा है। असी जिहड़े पारथी नंबर 1 लो पारथी, नंबर 2 नंबर 3 इलामी,
नंबर चार मोसोपोटामिया, नंबर चार पांच यहूदिया और नंबर छे कब्दुकिया, नंबर सात पंतुस और एशिया एशिया, आठ फ्रूगिया, नौ और पंफुलिया, दस और मिस्र मिस्र किन्ना है तो अगे लिपिया ते उस हिस्से दे हाँ जेड़े कुरेने दे लागे है अते जेड़े रोमी मुसाफर यहूदी की यहूदी मरीज अते क्रेती अते अरबी हाँ उन्होंने आपो अपनी पाख्या विच सुन दे उन्होंने बोलते सुने अरबी च भी लोग बोल रहे सी क्रेती विच भी बोल रहे सी लिपिया विच भी बोल रहे सी पर बोलन वाले किन्ने सन वो सारे दे सारे की सी वो सारे गलीली सी पर वो भाषा दूसरे की किस तरह जानते सी हुण मैं इहदे बारे तुहानू दसना चाहुंदा कि तुहाडी प्रार्थना पंजाबी च हुंदी है दूजे की कादे च हुंदी है हिंदी विच हुंदी है तीसरे की कादे विच हुंदी है उर्दू विच हुंदी है और चौथे की कादे विच हुंदी है इंग्लिश विच हुंदी है तो साडे देश दीआं किन्नीआं भाषावां ने 13 भाषावां साडे मुल्क दीआं और 13 भाषावां च जो लोग प्रार्थना करदे आ मैं हाथ उठा के कहना खुदा उन्हां दी प्रार्थना नूं सुनदा है सुनदा है या नहीं सुनदा है क्योंकि खुदा नूं भाषावां दा कोई चक्कर नहीं है भाषावां दा चक्कर मैनूं तुहानूं पैंदा है खुदा नूं किसे भाषा दा कोई चक्कर नहीं पै सकदा उसे दी भाषा विच उहनूं उत्तर देण दी शक्ति रखदा है प्रभुता नूं ढेर सारी बरकत दवे तो अग दा खंभा पिलर ऑफ फायर जिहड़ा इसराइल दे नाल चलदा सी उही यहोवा परमेश्वर सी ओही बदल का छाया बन के उन्होंने चलता सी और खुदा तुहानू बहुत वड्डी कृपा दवे जे तुसी कूच 13:21 पढ़ो तो मैनू भी खुशी होगी तुहानू भी खुशी होगी कूच 13:21 नू असी प्रभु दे वचन दे विचों पढ़ांगे प्रभु तुहानू बहुत वड्डी कृपा दे यहोवा उन्होंने हां जी सवेर नूं बदल दे थम विच राती उन्हां नूं चानना देण दे लई अग दे थम विच चलदा सी उन्हां दे नाल तां जो दिन ते रात चले रहन हालेलुया तो इह अग जिहड़ी है इह यहोवा दी अग है और असीं देखदे हां कि जदों ये अग सुलेमान की हैकल विच उतर आई ते फिर किहदे विच उतर आई साडे विच उतर आई साडे विच उतर आई आओ पढ़ांगे साडे विच क्यों अग उतर आई क्योंकि असी भी परमेश्वर की हैकल हाँ ये नहीं भी निरी हैकल जिहड़ी सी ओह भी सुलेमान की सी तुसीं भी ते परमेश्वर की हैकल हो जे तुसीं पढ़ांगे पहला करंथियां 3:16 नूं पढ़ांगे पहला करंथियां 3:16 नूं पढ़ांगे अग क्यों सारिआं दे सिर दे उत्ते आ के ठहर गई जी की तुसीं इह नहीं जाणदे की तुसीं इह नहीं जाणदे जो तुसीं परमेश्वर दी हैकल हो इत्थे मेरे कोल मतलब माइक है लिखत कहती है पहला करंथियां 3:16 कि तुसी ये नहीं जानते जो तुसी परमेश्वर दी हैकल हो अते परमेश्वर दा आत्मा तुहाडे विच वसदा है जे कोई परमेश्वर दी हैकल दा नाश करे ता परमेश्वर ओदा नाश करेगा
क्यों जो परमेश्वर की हैकल पवित्र है अते एहो तुसी हो। हुण किन्नियां नूं विश्वास हो गया कि मैं भी परमेश्वर की हैकल हाँ। हाथ उठा के आखो मैं भी परमेश्वर की हैकल। तुसी सारे परमेश्वर की हैकल हो क्योंकि परमेश्वर का आत्मा तुहाडे विच वसदा है। हालेलुया। जदों तुसी दुआ करते हो ते कई बारी तुहाडा आत्मा कल्ला ही दुआ करता है। वो दुआ जिहड़ी तुसी कल्ले करते हो वो फिर तुहाडे घर च घूमी जांदी है। वो तुहाडे घर च घूमदी आ दुआ। मेरे बच्चों ते रहम कर दे, मेरे कारोबार ते बरकत दे दे, मेरे रिश्तेदारां ते रहम कर दे, मेरे फलाने ते रहम कर दे। जिते तुहाडी दुआ वा इत्थों तक ते रहनी फिर इत्थों तक ही। इदों तुसी अगे नहीं वध सकदे। जदों तुसी प्रार्थना विच लीन हो जाओगे फिर तुहानू अपने प्रचारक की दुआ का चेता आ जाएगा कि मैं उहदे लई दुआ करनी आ क्योंकि रात दिन साडे लई घूमदा फिरदा है। फिर दुआ तुहाडे घरों की निकल गई आ, बाहर निकल गई आ। बहुतियां दी दुआ घरां च घूमी जांदी आ, घरां च घूमी जांदी आ। बस मेरियां मेरा गोडा ठीक कर दे, मेरा पेट ठीक कर दे, मेरा मतलब सिर ठीक कर दे। बहुतियां दी दुआ इत्थे की घूमदी आ। तो याद रखो साडी दुआ साडे घर च वी घूमनी चाहीदी आ ते हाथ उठा के आखो ए दूसरा तक वी जानी चाहीदी। दूसरों तक कदों जाएगी? आओ असी रोमिया 8:26 नूं पढ़ांगे। रोमिया 8:26 नूं पढ़ांगे। जदों साडी दुआ दूजियां दे कोल चली जाएगी और दूसरों के लिए साडा आत्मा होके भरेगा, प्रभु तू मेरे उस भरा ते भी रहम कर दी, मैं उन्हूं प्रभु की गलती विच वेख्या है, मैं उन्हूं पाप विच वेख्या है, मैं उन्हूं अपनियां मर्जियां करदियां वेख्या है। फिर तुहाडी दुआ जिहड़ी आ वो परमेश्वर की आत्मा नाल रल जाएगी। पर जिन्ना चिर तुसी इस हैकल विचों तुसी अपने लिए दुआ कर, पर तुसी है किहदे लई? परमेश्वर की हैकल हो। फिर तुहानू परमेश्वर के सारे लोगों लिए की करनी चाहिदी आ? दुआ करनी चाहिदी आ। कि असी रोमिया 8:26 विच चले गए हाँ, जे नहीं गए तो छेती जाओ। इस तरह आत्मा भी साड़ी दुर्बलताई विच साड़ी सहायता करता है, क्यों जो किस वस्तली सानू प्रार्थना करनी चाहिदी है असी नहीं जानते, पर आत्मा आप अकथ होके भर के साडे लई की करता है? सिफारिश करता है। जदों आत्मा साडे अंदर आ जाएगा वो साडे लई भी होके भरेगा, वो साडे गुआंढी लई भी होके भरेगा, वो साडे रिश्तेदारां लई भी होके भरेगा, वो शराबियां लई भी होके भरेगा। यीशु दियां अक्खां विचों अथरू वगणगे पई, अजे तक जिस तरह ठीक ढंग नाल चलना चाहीदा सी ये चले है नहीं गए। यीशु रोवेगा। किन्ना चिर असीं उहदियां अक्खां च अथरू भरांगे? ਉਹਨਾਂ ਚਿਰ ਭਰਦੇ ਰਹਿਣਗੇ ਅਥਰੂ ਜਿੰਨਾ ਚਿਰ ਅਸੀਂ ਸਹੀ ਢੰਗ ਨਾਲ ਚੱਲ ਨਹੀਂ ਰਹੀ। ਪ੍ਰਭ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਤੋ ਅਸੀਂ ਵੇਖਦੇ ਹਾਂ ਕਿ ਸਾਡੀ ਪ੍ਰਾਰਥਨਾ ਫਿਰ ਦੂਜਿਆਂ ਤੱਕ ਜਾਣੀ ਚਾਹੀਦੀ ਆ ਜਾਂ ਨਹੀਂ ਜਾਣੀ ਚਾਹੀਦੀ? ਹੌਲੀ ਨਾਲ ਕਿਸੇ ਨੇ ਕਹਿ ਦਿੱਤਾ ਵੀ ਜਾਣੀ, ਹੱਥ ਉਠਾ ਕੇ ਕਹਿ ਦਿਓ ਵੀ ਦੂਜਿਆਂ ਤੱਕ ਵੀ ਜਾਣੀ ਚਾਹੀਦੀ ਆ। ਜੇ ਮੇਰੀ ਪ੍ਰਾਰਥਨਾ ਅਸਮਾਨ ਤੇ ਜਾਂਦੀ ਆ ਤੇ ਫਿਰ ਦੂਸਰਿਆਂ ਤੱਕ ਵੀ ਮੇਰੀ ਪ੍ਰਾਰਥਨਾ ਜਾਣੀ ਚਾਹੀਦੀ ਹੈ, ਮੈਨੂੰ ਦੂਸਰਿਆਂ ਲਈ ਵੀ ਦੁਆ ਕਰਨੀ ਚਾਹੀਦੀ ਹੈ। ਪ੍ਰਭ ਤੁਹਾਨੂੰ ਢੇਰ ਸਾਰੀ ਬਰਕਤ ਦੇਵੇ। ਤੇ ਉੱਥੇ ਬੱਚੇ ਬਟਾਲੇ ਤੋਂ ਗਾ ਰਹੇ ਸੀ, ਧੰਨਵਾਦੀ ਹਾਂ ਕਿ ਸਾਡੇ ਭਾਈ ਦੇਸ ਰਾਜ ਦੇ ਉਹ ਪਰਿਵਾਰ ਵਿੱਚੋਂ ਨੇ ਔਰ ਉਹਨਾਂ ਦੀ ਬੇਟੀ ਅੱਗੇ ਉਹਨਾਂ ਦੀ ਬੇਟੀ ਦੀ ਬੇਟੀ
याद रखो ये भागा वाली गल है कि वो इस चर्च में आए ने असी का नाते हालेलुया। हुण सानू की करना चाहिए साड़ी प्रार्थना दूजिया ने की होनी चाहिए। तुसी कोई छड़क दे उत्ते डिगे हुए नू वेखो और किसी आदमी नू वेखो किसी बीबी भैन नू वेखो ते तुहाडियां अखां तरस नाल भर जाणगियां मसीह लोकां दियां कि प्रभु तू इनू चंगा करन दी शक्ति रखदा है। हालेलुया हालेलुया। मसीह लोकां दियां अखां तरस नाल भरनियां चाहीदियां ने। तुसी सारे इत्थे हो ना हालेलुया है तो तुसी इत्थे जे पर मेरे कहन दा मतलब तुसी सारे इत्थे जे ना हालेलुया। इत्थे दा कहन दा मतलब भी सुन रहे हो ना इस करके आओ असी रसूलां दे करतब तीसरा अध्याय कढ़ांगे और उस दियां पहलियां दो तीन आयतां लारेंस नाल पढ़ देवांगी। उन्हां को मैक है मैं भी पढ़ सकदा हां बस असि थोड़ा चिर होर पतरस अलचूना प्रधान पतरस अलचूना पतरस अते चूना प्रार्थना करन दे वेले हांजी तीये पैर हैकल नूं जांदे सन तीसरे पैर हैकल नूं जांदे सन अते लोक इक जमांदरू लोक इक जमांदरू लंगे नूं चुक्की ले जांदे सन लंगे नूं चुक्की ले जांदे सी उह तुर नहीं सी सकदा पड़ां जे उह रोज हैकल दे फाटक कोल जिहड़ा सोहना सजीदा है उह रोज ओहनूं ਉਸ ਫਾਟਕ ਉੱਤੇ ਜਿਹੜਾ ਸੋਹਣਾ ਸੱਜੀਦਾ ਹੈ ਬਹਾਲ ਦਿੰਦੇ ਸਨ। ਹਾਂਜੀ ਪੜਾਂਗੇ ਕਈ ਹੈਕਲ ਵਿੱਚ ਜਾਣ ਵਾਲਿਆਂ ਤੋਂ ਪਿੱਛਾ ਮੰਗੇ ਕਈ ਹੈਕਲ ਵਿੱਚ ਜਾਣ ਵਾਲਿਆਂ ਕੋਲੋਂ ਭੀਖ ਮੰਗੇ ਪੜਾਂਗੇ ਜਾਂ ਉਹਨੇ ਪਤਰਸ ਅਰਜੂਨਾ ਨੂੰ ਹੈਕਲ ਵਿੱਚ ਜਾਂਦਿਆਂ ਵੇਖਿਆ ਜਾਂ ਉਹਨੇ ਇਹਨਾਂ ਖੁਦਾ ਦੇ ਸੇਵਕਾਂ ਨੂੰ ਹੈਕਲ ਵਿੱਚ ਜਾਂਦਿਆਂ ਵੇਖਿਆ ਤਾਂ ਉਹਨਾਂ ਤੋਂ ਪਿੱਛਾ ਮੰਗੀ ਉਹਨਾਂ ਕੋਲੋਂ ਭਿੱਖਿਆ ਮੰਗੀ ਪੜਾਂਗੇ ਤਦੋਂ ਪਤਰਸ ਨੇ ਜਹੂਨਾ ਦੇ ਨਾਲ ਤਦੋਂ ਪਤਰਸ ਨੇ ਜਹੂਨਾ ਦੇ ਨਾਲ ਉਹਨੂੰ ਧਿਆਨ ਨਾਲ ਵੇਖ ਕੇ ਆਖਿਆ ਹਾਂਜੀ ਸਾਡੀ ਵੱਲ ਵੇਖ ਸਾਡੇ ਵੱਲ ਵੇਖ ਤਾਂ ਉਹਨੇ ਉਹਨਾਂ ਕੋਲੋਂ ਕੁਝ ਲੱਭਣ ਦੀ ਆਸ਼ਾ ਕਰਕੇ ਉਹਨੇ ਸੋਚਿਆ ਇਸ ਮੈਨੂੰ ਪੈਸੇ ਦੇਣਗੇ ਜਿਹੜੇ ਕਹਿੰਦੇ ਸਾਡੇ ਵੱਲ ਵੇਖ ਹਾਂਜੀ ਉਹਨਾਂ ਵੱਲ ਧਿਆਨ ਕੀਤਾ ਹਾਂਜੀ ਉਸਨੇ ਆਖਿਆ ਸੋਨਾ ਚਾਂਦੀ ਦਾ ਸੋਨਾ ਚਾਂਦੀ ਤੇ ਸਾਡੇ ਕੋਲ ਹੈ ਨਹੀਂ ਪੜਾਂਗੇ ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਤੁਰ ਫਿਰ ਤਾਂ ਉਸਨੇ ਯਿਸੂ ਨਾਸਰੀ ਦੇ ਨਾਮ ਨਾਲ ਤੁਰ ਫਿਰ ਤਾਂ ਉਸਨੇ ਉਹਦਾ ਸੱਜਾ ਹੱਥ ਫੜ ਕੇ ਉਹਨੂੰ ਆਇਆ ਹਾਂਜੀ ਉਸੇ ਵੇਲੇ ਉਹਦੇ ਪੈਰ ਅਰ ਗਿੱਟੇ ਤਕੜੇ ਹੋ ਗਏ ਹਾਂਜੀ ਅਤੇ ਉਹ ਗੁੱਦ ਕੇ ਉੱਠ ਖੜਾ ਹੋਇਆ ਗੁੱਦ ਕੇ ਉੱਠ ਖਲੋਤਾ ਅਤ ਤੁਰਨ ਲੱਗਾ ਤੁਰਨ ਲੱਗਾ ਅਤ ਤੁਰਦਾ ਅਤੇ ਛਾਲਾ ਮਾਰਦਾ ਅਤੇ ਪਰਮੇਸ਼ਰ ਦੀ ਉਸਤਤ ਕਰਦਾ ਹੋਇਆ ਉਹਨਾਂ ਨਾਲ ਹੈਕਲ ਵਿੱਚ ਗਿਆ ਬਹੁਤ ਵੱਡੀ ਕਰਕੇ ਖਾ ਦਵੇ ਹੈਕਲ ਦੇ ਬੂਹੇ ਦੇ ਉੱਤੇ ਤੇ ਬੈਠਾ ਸੀਗਾ ਲੰਗੜਾ ਸੀ ਨਾ ਹੈਕਲ ਦੇ ਅੰਦਰ ਕਦੇ ਨਹੀਂ ਸੀ ਗਿਆ ਪਰ ਅੱਜ ਜਦੋਂ ਯਿਸੂ ਦੀ ਕਿਰਪਾ ਹੋ ਗਈ ਆ ਤਾਲੀਆਂ ਵਜਾ ਕੇ ਆਖੋ ਹੈ ਸਾਡੀ ਪ੍ਰਾਰਥਨਾ ਜਿਹੜੀ ਆ ਸਾਡੇ ਘਰ ਵਿੱਚ ਨਹੀਂ ਸਾਡੀ ਪ੍ਰਾਰਥਨਾ ਲੰਗੜਿਆਂ ਲਈ ਲੂਲਿਆਂ ਲਈ ਅੰਨਿਆਂ ਲਈ ਲੰਗਿਆਂ ਲਈ ਸਭਨਾਂ ਲਈ ਹੋਣੀ ਚਾਹੀਦੀ ਹੈ ਤੇ ਪ੍ਰਭ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ ਉਹੀ ਅੱਗ ਹੈ ਪਵਿੱਤਰ ਆਤਮਾ ਹੀ ਹੈ ਅੱਗ ਹੈ ਔਰ ਤੁਸੀਂ ਹੈਕਲ ਹੋ ਕਿਉਂਕਿ ਪਹਿਲਾਂ ਸੁਲੇਮਾਨ ਦੀ ਹੈਕਲ ਵਿੱਚ ਆਇਆ ਅੱਜ ਕੱਲ੍ਹ ਉਹ ਤੁਹਾਡੇ ਵਿੱਚ ਆਉਣਾ ਚਾਹੁੰਦਾ ਹੈ ਔਰ ਤੁਹਾਨੂੰ ਸੁਨੇਹਾ ਦਿੰਦਾ ਹੈ ਯਹੂਨਾ 8:31 ਦੇ ਅੰਦਰ ਜਿਨ੍ਹਾਂ ਯਹੂਦੀਆਂ ਨੇ ਉਹਦੀ ਪ੍ਰਤੀਤ ਕੀਤੀ ਸੀ ਉਹਨੂੰ ਕਿਹਾ ਜੇ ਤੁਸੀਂ ਮੇਰੇ ਵਚਨ 'ਤੇ ਖਲੋਤੇ ਰਹੋ ਤਾਂ ਠੀਕ ਤੁਸੀਂ ਮੇਰੇ ਚੇਲੇ ਹੋ ਔਰ ਸੱਚਾਈ ਨੂੰ ਜਾਣੋਗੇ ਅਤੇ ਸੱਚਾਈ ਤੁਹਾਨੂੰ ਆਓ ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ ਪ੍ਰਭੂ ਤੁਹਾਨੂੰ ਬਹੁਤ ਵੱਡੀ ਕਿਰਪਾ ਮੈਂ ਤੁਹਾਡਾ ਕਿੰਨਾ ਹੀ ਸਮਾਂ ਲੈ ਲਿਆ ਹੈ ਪ੍ਰਭੂ ਤੁਹਾਨੂੰ ਬਹੁਤ ਵੱਡੀ ਕਿਰਪਾ ਦੇਵੇ ਹੱਥ ਉਠਾ ਕੇ ਅੱਜ ਦੇ ਸੰਦੇਸ਼ ਦੇ ਲਈ ਅਸੀਂ ਦੁਆ ਕਰਾਂਗੇ ਹੱਥ ਉਠਾ ਕੇ ਅਸੀਂ ਦੁਆ ਕਰਾਂਗੇ ਉੱਠ ਕੇ ਨਾ ਜਾਓ ਹੱਥ ਉਠਾ ਕੇ ਦੁਆ ਕਰਾਂਗੇ
सारे।